ਸਾਨੂੰ ਕੱਲ੍ਹ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਮਾਲ ਰੋਡ 'ਤੇ ਇਰਿਸ਼ ਪੀਚ ਨਾਮ ਦਾ ਰੈਸਟੋਰੈਂਟ ਆ, ਜਿੱਥੇ ਇਸਦੇ ਦੋ ਮਾਲਕ ਨੇ, ਇੱਕ ਜਤਿੰਦਰ ਵਰਮਾ, ਦੂਸਰਾ ਪ੍ਰਿੰਸ ਮਲਹੋਤਰਾ। ਇਹਨਾਂ ਵੱਲੋਂ ਆਪਣੇ ਬਾਰ ਦੇ ਵਿੱਚ ਬਿਨਾਂ ਕਿਸੇ ਲਾਇਸੈਂਸ 'ਤੇ ਦਾਰੂ ਵੀ ਪਿਆਈ ਜਾਂਦੀ ਹੈ, ਅਤੇ ਦੂਸਰਾ ਇੱਥੇ ਹੁੱਕਿਆਂ ਦਾ ਵੀ ਕਾਫੀ ਕੰਮ ਚੱਲ ਰਿਹਾ ਵਾ, ਅਤੇ ਹੁੱਕੇ ਨਾਬਾਲਗ ਅਤੇ ਕੁਛ ਨਾਬਾਲਗ ਵੀ ਉੱਥੇ ਇਸ ਚੀਜ਼ ਦਾ ਸੇਵਨ ਕਰ ਰਹੇ ਨੇ। ਜਦੋਂ ਅਸੀਂ ਮੌਕੇ 'ਤੇ ਰੇਡ ਕੀਤੀ ਤਾਂ ਸਾਨੂੰ ਉੱਥੇ ਚਲਦੀ ਹਾਲਤ ਦੇ ਵਿੱਚ 17 ਹੁੱਕੇ ਅਤੇ 2 ਨਾਬਾਲਗ ਲੜਕੇ ਵੀ ਮਿਲੇ, ਜਿਨ੍ਹਾਂ ਦੀ ਉਮਰ ਕਰੀਬ 14 ਤੋਂ 15 ਸਾਲ ਸੀ, ਅਤੇ ਕਰੀਬ ਸੱਤਵੀਂ ਕਲਾਸ ਦਾ ਪੜ੍ਹਨ ਵਾਲਾ ਸੀ, ਇੱਕ 9ਵੀਂ ਕਲਾਸ ਦਾ ਪੜ੍ਹਨ ਵਾਲਾ ਸੀ। ਇਸ ਤੋਂ ਬਾਅਦ ਜਦੋਂ ਅਸੀਂ ਉੱਥੇ ਬਾਰ 'ਤੇ ਇੰਸਪੈਕਸ਼ਨ ਕੀਤੀ ਤਾਂ ਸਾਨੂੰ ਉੱਥੋਂ ਵਿਸਕੀ ਦੀਆਂ ਕਰੀਬ 8 ਬੋਤਲਾਂ ਅਤੇ 20 ਦੇ ਕਰੀਬ ਬੀਰਾਂ ਦੀਆਂ ਬੋਤਲਾਂ ਵੀ ਮਿਲੀਆਂ, ਅਤੇ ਸਾਨੂੰ ਮੈਨੇਜਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਲਾਇਸੈਂਸ ਪੇਸ਼ ਨਹੀਂ ਕਰ ਪਾਏ। ਅਤੇ ਇਸ ਤੋਂ ਬਾਅਦ ਅਸੀਂ ਦੋਨੋਂ ਮਾਲਕਾਂ ਅਤੇ ਉੱਥੋਂ ਦੇ ਮੈਨੇਜਰ ਗਰੀਸ ਅਰੋੜਾ ਅਤੇ ਉੱਥੋਂ ਦਾ ਜੋ ਬਾਊਂਸਰ ਸੀ ਸੰਦੀਪ ਸਿੰਘ, ਇਹਨਾਂ ਚਾਰਾਂ ਦੇ ਖਿਲਾਫ ਬਣਦੀਆਂ ਧਾਰਾਵਾਂ ਦੇ ਤਹਿਤ ਕਾਰਵਾਈ ਕਰਦੇ ਹੋਏ ਇੱਕ ਸਿਵਲ ਲਾਈਨਸ ਵਿਖੇ ਪਰਚਾ ਰਜਿਸਟਰ ਕੀਤਾ ਜੀ। ਸਰ, ਜਿਹੜੇ ਕਿੰਨੇ ਕੁ ਉੱਥੇ ਬੱਚੇ ਜਾਂ ਕੁੱਲ ਲੋਕ ਕਿੰਨੇ ਸਨ? ਉੱਥੇ ਕਾਫੀ ਜੀ 40 ਤੋਂ 50 ਦੇ ਕਰੀਬ ਲੋਕ ਸਨ ਜੋ ਇਸ ਚੀਜ਼ਾਂ ਦਾ ਸੇਵਨ ਕਰ ਰਹੇ ਸਨ, ਅਤੇ ਇਸ ਤੋਂ ਬਾਅਦ ਅਸੀਂ ਜੋ ਉੱਥੇ ਕੁਛ ਇਨਡਿਸੈਂਟ ਕੱਪੜੇ ਪਹਿਨਾ ਕੇ ਲੜਕੀਆਂ ਦਾ ਵੀ ਡਾਂਸ ਕਰਵਾਇਆ ਜਾ ਰਿਹਾ ਸੀ, ਐਂਡ ਉੱਥੇ ਜੋ ਨਾਬਾਲਗ ਬੱਚੇ ਸੀ ਉਹਨਾਂ ਦੇ ਤਹਿਤ ਅਸੀਂ ਐਕਸਾਈਜ਼ ਐਕਟ ਦੇ ਤਹਿਤ ਅਤੇ ਦੂਸਰਾ ਸਿਗਰਟਸ ਐਂਡ ਤੰਬਾਕੂ ਪ੍ਰੋਡਕਟਸ ਐਕਟ ਦੇ ਤਹਿਤ ਅਤੇ ਜੋ ਨਾਬਾਲਗਾਂ ਨੂੰ ਹੁੱਕਾ ਪਿਲਾ ਰਹੇ ਸੀ ਉਹ ਜੁਵੇਨਲ ਜਸਟਿਸ ਐਕਟ ਦੇ ਤਹਿਤ ਚਾਰਾਂ ਦੇ ਖਿਲਾਫ ਇੱਕ ਮੁਕੱਦਮਾ ਰਜਿਸਟਰ ਕੀਤਾ ਜੀ। ਥੈਂਕ ਯੂ।